ਖਨੌਰੀ ਬਾਰਡਰ ਦੇ ਉੱਪਰ ਹੁਣ ਕਿਸਾਨੀ ਮੰਗਾਂ ਦੇ ਨਾਲ ਨਾਲ ਸਭ ਤੋਂ ਵੱਡੀ ਮੰਗ ਸ਼ੁਭ ਕਰਨ ਦੇ ਇਨਸਾਫ ਦੀ ਚੱਲ ਰਹੀ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਸ਼ੁਭ ਕਰਨ ਨੌਜਵਾਨ ਜਿਹਦੀ 21 ਤਰੀਕ ਨੂੰ ਪੁਲਿਸ ਦੇ ਨਾਲ ਟਕਰਾਅ ਦੇ ਵਿੱਚ ਜਿਹੜੀ ਹੈਗੀ ਆ ਮੌਤ ਹੋ ਗਈ ਸੀ, ਤਾਂ ਹੁਣ ਉਸਦੀ ਇਨਸਾਫ ਨੂੰ ਲੈ ਕੇ FIR ਕਰਵਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਕੈਂਡਲ ਮਾਰਚ ਕੱਢਿਆ ਜਾ ਰਿਹਾ। ਭਾਰੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਆਪਣੇ ਹੱਥਾਂ ਦੇ ਵਿੱਚ ਮੋਮਬੱਤੀਆਂ ਫੜ ਕੇ ਜਿਹੜਾ ਹੈਗਾ ਇਹ ਸ਼ੁਭ ਕਰਨ ਦਾ ਹੀ ਮੌਤ ਦਾ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ 3 ਕਿਲੋਮੀਟਰ ਦੇ ਲਗਭਗ ਜਿੱਥੇ ਖਨੌਰੀ ਬਾਰਡਰ ਦੇ ਵਿੱਚ ਜਿੰਨੀਆਂ ਵੀ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਖੜੀਆਂ ਨੇ, ਤਾਂ ਲੰਬਾ ਇੱਕ ਜਿਹੜਾ ਹੈਗਾ ਰੋਸ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਊਗਾ। ਹਰ ਇੱਕ ਕਿਸਾਨ ਆਪਣਾ ਸਾਧਨ ਆਪਣੀ ਟਰੈਕਟਰ ਆਪਣੀ ਟਰਾਲੀ ਛੱਡ ਕੇ ਇਸ ਰੋਸ ਰੈਲੀ ਦੇ ਵਿੱਚ ਇਸ ਕੈਂਡਲ ਮਾਰਚ ਦੇ ਵਿੱਚ ਹਿੱਸਾ ਲੈ ਰਿਹਾ। ਤਸਵੀਰਾਂ ਦੇਖ ਸਕਦੇ ਹੋ, ਕਿਸਾਨਾਂ ਦੇ ਚਿਹਰੇ ਮਾਯੂਸ ਨੇ। ਜਿਸ ਬਾਰਡਰ ਦੇ ਉੱਪਰ ਕਿਸਾਨੀ ਗਾਣੇ ਚੱਲਦੇ ਸੀ, ਉਸ ਬਾਰਡਰ ਦੇ ਉੱਪਰ ਹੁਣ ਜਿਹੜਾ ਹੈਗਾ ਸਨਾਟਾ ਛਾਇਆ ਹੈ, ਅਤੇ ਹੁਣ ਕਿਸਾਨ ਕਿਤੇ ਨਾ ਕਿਤੇ ਮਾਯੂਸੀ ਦੇ ਨਾਲ ਨਾਲ ਸ਼ੁਭ ਕਰਨ ਦੀ ਜਿਹੜੀ ਮੌਤ ਆ ਉਹਦੇ ਇਨਸਾਫ ਦੀ ਮੰਗ ਕਰ ਰਹੇ ਨੇ। ਤੁਹਾਨੂੰ ਇੱਕ ਵੱਡੀ ਗੱਲ ਦੱਸਦੀ ਹੈ ਕਿ ਇਸ ਮੋਰਚੇ ਦੇ ਵਿੱਚ ਸ਼ੁਭ ਕਰਨ ਦਾ ਜਿਹੜਾ ਪਰਿਵਾਰ ਆ, ਉਸਦੀਆਂ ਭੈਣਾਂ ਨੇ, ਉਸਦੀ ਚਾਚੀ ਆ, ਉਹ ਵੀ ਹਿੱਸਾ ਲੈ ਰਹੇ ਨੇ। ਉਸਦਾ ਪਰਿਵਾਰ ਖੁਦ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਇਆ, ਅਤੇ ਖਨੌਰੀ ਬਾਰਡਰ ਪਿੱਛੇ ਤੋਂ ਲੈ ਕੇ ਅੱਗੇ ਜਿੱਥੇ ਤੱਕ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਗੇਡਿੰਗ ਕੀਤੀ ਹੋਈ ਆ, ਉੱਥੇ ਤੱਕ ਲਗਾਤਾਰ ਜਿਹੜੇ ਕਿਸਾਨ ਨੇ ਆਪਣੇ ਹੱਥਾਂ ਦੇ ਵਿੱਚ ਮੋਮਬੱਤੀਆਂ ਲੈ ਕੇ ਫੜ ਕੇ ਇਹ ਜਿਹੜਾ ਪ੍ਰਦਰਸ਼ਨ ਆ ਕੇਂਦਰ ਸਰਕਾਰ ਦੇ ਖਿਲਾਫ ਜਾਂ ਕਿਤੇ ਨਾ ਕਿਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਜਿਹੜਾ ਇਹ ਪ੍ਰਦਰਸ਼ਨ ਆ ਉਹ ਕਰ ਰਹੇ ਨੇ। ਮਾਈ ਜੀ ਵੀਰੇ ਚਾਚੀ ਨੇ ਇਹਨਾਂ ਦੇ ਹੈ ਨਾ, ਉਹ ਚਾਚੀ ਨੇ ਉਧਰ ਚਾਚੀ ਚਾਚੀ ਆਪਾਂ ਕਰੀ ਲਈ ਹੈ ਨਾ। ਹਾਂ ਹਾਂ ਕਰ। ਖਨੌਰੀ ਬਾਰਡਰ ਦੇ ਉੱਪਰ ਨੌਜਵਾਨ ਲੜਕਾ ਸ਼ੁਭ ਕਰਨ ਦੀ ਜਿਹੜੀ ਮੌਤ ਦੇ ਇਨਸਾਫ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਜਾ ਰਿਹਾ, ਜਿਸ ਦਾ ਵੱਡਾ ਹਿੱਸਾ ਉਸਦਾ ਪਰਿਵਾਰ ਬਣਨ ਜਾ ਰਿਹਾ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਸ਼ੁਭ ਕਰਨ ਦੀ ਛੋਟੀ ਭੈਣ, ਵੱਡੀ ਭੈਣ ਅਤੇ ਉਹਨਾਂ ਦੇ ਚਾਚੀ ਜੀ ਵੀ ਜਿਹੜੇ ਹੈਗੇ ਨੇ
ਉਹ ਹਿੱਸਾ ਬਣ ਰਹੇ ਨੇ ਇਸ ਜਗ੍ਹਾ ਦੇ ਉੱਪਰ। ਅਗਰ ਆਪਾਂ ਗੱਲ ਕਰੀਏ ਤਾਂ ਜਿੱਥੇ ਸਾਰੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਨੇ, ਸਾਰੇ ਕਿਸਾਨ ਆਪਣੇ ਹੱਥਾਂ ਦੇ ਵਿੱਚ ਮੋਮਬੱਤੀਆਂ ਲੈ ਕੇ ਕੈਂਡਲ ਮਾਰਚ ਕੱਢਣਗੇ, ਤਾਂ ਉਸਦੇ ਵਿੱਚ ਉਸਦਾ ਪਰਿਵਾਰ ਵੀ ਕਿਤੇ ਨਾ ਕਿਤੇ ਸ਼ੁਭ ਕਰਨ ਦੇ ਇਨਸਾਫ ਨੂੰ ਲੈ ਕੇ ਉਸਦਾ ਹਿੱਸਾ ਬਣ ਰਿਹਾ। ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਖਨੌਰੀ ਬਾਰਡਰ ਇਸ ਵਕਤ ਬਿਲਕੁਲ ਜਿਹੜਾ ਮਾਹੌਲ ਆ ਗਮਗੀਨ ਹੋਇਆ ਹੋਇਆ, ਹਰ ਇੱਕ ਦਾ ਚਿਹਰਾ ਨਵਾਂ, ਹਰ ਇੱਕ ਦੀ ਅੱਖਾਂ ਦੇ ਵਿੱਚ ਹਿੰਝੂ ਆ, ਅਤੇ ਲਗਾਤਾਰ ਸ਼ੁਭ ਕਰਨ ਦੇ ਇਨਸਾਫ ਦੀ ਜਿਹੜੀ ਮੰਗ ਆ ਉਹ ਕਿਸਾਨਾਂ ਦੇ ਵੱਲੋਂ ਚੱਕੀ ਜਾ ਰਹੀ ਆ। ਜਿੱਥੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਦੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ, ਤਾਂ ਉੱਥੇ ਹੁਣ ਸਭ ਤੋਂ ਜਿਹੜੀ ਵੱਡੀ ਮੰਗ ਆ ਉਹ ਕਿਸਾਨੀ ਤੋਂ ਜ਼ਿਆਦਾ ਜਿਹੜੀ ਵੱਡੀ ਮੰਗ ਆ ਉਹ ਇਸ ਵਕਤ ਕਿਤੇ ਨਾ ਕਿਤੇ ਸ਼ੁਭ ਕਰਨ ਦੇ ਇਨਸਾਫ ਦੀ ਮੰਗ ਜਿਹੜੀ ਰੱਖੀ ਜਾ ਰਹੀ ਆ। ਤਾਂ ਦੇਖ ਸਕਦੇ ਹੋ ਕਿ ਉਸਦਾ ਪਰਿਵਾਰ ਜਿਹਨਾਂ ਦੀਆਂ ਅੱਖਾਂ ਨਵ ਨੇ, ਅੱਖਾਂ ਦੇ ਵਿੱਚ ਕਿਤੇ ਨਾ ਕਿਤੇ ਨਵੀਂ ਆ, ਪਰ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜਾ ਲਗਾਤਾਰ ਉਹ ਪ੍ਰਦਰਸ਼ਨ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ। ਖਨੌਰੀ ਬਾਰਡਰ ਦੇ ਉੱਪਰ ਹਰ ਇੱਕ ਅੱਖ ਨਾਵਾਂ, ਹਰ ਇੱਕ ਹੱਥ ਦੇ ਵਿੱਚ ਜਿਹੜੀ ਮੋਮਬੱਤੀ ਆ ਫੜੀ ਹੋਈ ਆ, ਤੇ ਸ਼ੁਭ ਕਰਨ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਜਿਹੜਾ ਹੈਗਾ ਕੈਂਡਲ ਮਾਰਚ ਚੋਂ ਨਿਕਲ ਰਿਹਾ ਨੌਜਵਾਨ ਸਾਡੇ ਨਾਲ ਨੇ। ਅਭਿਮਨਿਓ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ, ਭਾਰੀ ਭੀੜ ਆ, ਸ਼ੁਭ ਕਰਨ ਦੀ ਫੈਮਿਲੀ ਵੀ ਨਾਲ ਆ। ਦੇਖੀਏ, ਇੱਕ ਬੜਾ ਗਮਗੀਨ ਮਾਹੌਲ ਹੈ ਔਰ ਬੜੇ ਦੁੱਖ ਕੀ ਬਾਤ ਹੈ ਕਿ 22 ਸਾਲ ਦਾ ਨੌਜਵਾਨ ਸਰਕਾਰ ਕੀ ਗਲਤ ਨੀਤੀਓ ਕੇ ਕਾਰਨ ਹਮਾਰੇ ਬੀਚ ਸੇ ਚਲਾ ਗਿਆ। ਦੋ ਬਹਿਨੋਂ ਕਾ ਇਕਲੌਤਾ ਭਾਈ,
2 एकड़ का किसान, उसको ऐसे सिर में गोली मारी गई। जैसा व्यवहार आतंकियों के साथ किया जाता है, उस तरह का व्यवहार देश के अन्नदाता के साथ किया जा रहा है। इससे ज्यादा दुख की बात और इससे ज्यादा शर्म की बात हमारी सरकार के लिए कोई और हो नहीं सकती। 13 तारीख से लेकर 21 तारीख तक यहाँ पर माहौल गर्म रहा, बार बार टकराव होता रहा, जिसका नुकसान आप लोगों के सामने है। अब किस तरीके से देखते हो आंदोलन आगे कैसे चलेगा? देखिए, हमारी तरफ से आंदोलन शांतिपूर्ण रहा है, आगे भी शांतिपूर्ण रहेगा। आपके कैमरों ने भी वो विजुअल्स कैद किए, किस तरीके से पुलिस ने लोगों को उकसा के, पुलिस ने लोगों पे जहरीली गैस के गोले छोड़े, सीधे फायर किए, लोगों को नुकसान पहुंचाया। उसके बावजूद हमारे किसान पूर्ण तरीके से शांतिपूर्ण रहे। किसी भी किसान ने कोई भी हिंसा नहीं करी। जो भी हिंसा हुई है वो सरकार की तरफ से हुई है। किसान पूरी तरीके से शांतिपूर्ण रहे, सरकार पूरी तरीके से हिंसक रही है। आज की पीसी में भी साफ साफ तौर पर कहीं ना कहीं इशारा किया गया कि 29 के बाद आंदोलन बड़ा होगा। दिल्ली जाएंगे या यहीं पर किसान डटे रहेंगे? हमारा कार्यक्रम दिल्ली जाने का है, उसी कार्यक्रम को लेकर चले हैं। जो फैसला होगा, जो रणनीति होगी, वो 29 तारीख को बताई जाएगी। 27 और 28 तारीख को दोनों फोरमों की नेशनल लेवल की मीटिंगें होंगी, 28 को साझा मीटिंग होगी, उसके बाद 29 को कार्यक्रम का ऐलान किया जाएगा। इस तरीके से देखते हो 21 तारीख थी, आज 24 है, पर अभी भी इंसाफ की मांग को लेकर डटे हुए हो, समय क्यों निकाला जा रहा है? देखो, तो सरकार बताएगी ना सरकार समय क्यों निकाल रही है। हम तो समय निकाल नहीं रहे हैं, सरकार को तय करना है सरकार कब जाके किसानों को इंसाफ देगी। तो आगे का आंदोलन, जैसे आपने कहा कि 29 के बाद कहीं ना कहीं दिल्ली जाया जाएगा, तो पूरी स्ट्रेटजी कोई रणनीति बनाई जाएगी? बिल्कुल बिल्कुल, इसीलिए देश भर के नेताओं की मीटिंग बुला रहे हैं, पूरी नेशनल लेवल की रणनीति बनेगी। और मैं आपको बता दूं, परसों हमारे मध्य प्रदेश के अशोकनगर में हमारे किसान साथी 1000 ट्रैक्टरों का मार्च कर रहे हैं आंदोलन के समर्थन में। उत्तर प्रदेश के अंदर कल भी चौधरी हरपाल सिंह बिलारी के नेतृत्व में हजारों किसानों की गिरफ्तारियां हुई, उसके बावजूद किसान पूरे तरीके से आंदोलन में शरीक हो रहे हैं। हरियाणा में कल बड़े सत्र पे लाठी चार्ज किया गया, हमारे सैकड़ों किसान वहां घायल है, सारे खेड़ी चोपटा में नौजवानों को चोट लगी है, उसके बावजूद किसानों में जोश है, जुनून है और किसान मजबूती से आंदोलन करेंगे और आगे बढ़ेंगे। तो बिल्कुल, अगर आप गल करिए खनौरी बॉर्डर के उपर हर एक हाथ के मोमबत्ती है, शुभकरण का परिवार तुसी पिछे देख सकते हो, कितना कितने भारी जिहड़े हैगी आ किसानां दी जिहड़ी गिनती हैगी आ उह इस वक्त उन्हां दी अखां नामने, पर कितना कितने इंसाफ दी मंग नूं लैके जिहड़ा हैगा, जिहड़ा लगातार जिहड़ा हैगा प्रदर्शन किया जा रहा, कैंडल मार्च कढ़िया जा रहा, पंजाब सरकार तों मंग कीती जा रही आ कि शुभकरण दी जिहड़ा मौत दा मामला उहदी FIR दर्ज कीती जावे, ते दूजे पासे गल कीती जावे उही जिहड़ी किसानी मंगां ने उसे तरीके दे नाल हैगियां ने। पर साफ तौर ते इक होर वी गल कही जा रही है कि 29 तरीक तक साडा खनौरी दे विच जिहड़ा हैगा अंदोलन आ शांतमई तरीके नाल चलेगा। एक हफ्ता जिहड़ा हैगा इह असीं सोग हफ्ता मनावांगे, तां इह सोग हफ्ते तों बाद 29 तरीक नूं इक वड्डी रणनीति दे नाल जिहड़ा हैगा अगे वधिया जाऊगा। दिल्ली वधण दी जिहड़ी गल आ लगातार किसान कह रहे ने, ते हुण 29 तरीक नूं जिहड़ा हैगा अगे वधिया जाऊगा। पर फिलहाल अगर आपां गल करिए तां खनौरी बॉर्डर दे उपर, शंभू बॉर्डर दे उपर शहीदां दी ही जिहड़ी इंसाफ दी मंग आ ਉਹ ਉਠਾਈ ਜਾ ਰਹੀ ਆ। ਅੱਜ ਦੀ ਸ਼ਾਮ ਹਰ ਇੱਕ ਕਿਸਾਨ ਦੇ ਹੱਥ ਦੇ ਵਿੱਚ ਮੋਮਬੱਤੀ ਆ, ਅਤੇ ਸ਼ੁਭਕਰਨ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ। ਸ਼ੁਭਕਰਨ ਦਾ ਪਰਿਵਾਰ ਜਿਹੜਾ ਹੈਗਾ ਉਹ ਵੀ ਇਸ ਦਾ ਹਿੱਸਾ ਬਣਿਆ ਹੋਇਆ, ਕਿਤੇ ਨਾ ਕਿਤੇ ਪਰਿਵਾਰ ਜਿਹੜਾ ਹੈਗਾ ਕਹਿ ਉਹ ਮੀਡੀਆ ਦੇ ਨਾਲ ਗੱਲ ਕਰਨ ਦੇ ਲਈ ਕਿਤੇ ਨਾ ਕਿਤੇ ਨਹੀਂ ਤਿਆਰ, ਪਰ ਤਸਵੀਰ ਤੁਹਾਨੂੰ ਅਸੀਂ ਹਰ ਇੱਕ ਦਿਖਾਉਂਦੇ ਜਾ ਰਹੇ ਹਾਂ। ਹੱਥਾਂ ਦੇ ਵਿੱਚ ਸ਼ੁਭਕਰਨ ਦੇ ਜਿਹੜੇ ਪੋਸਟਰ ਹੈਗੇ ਨੇ ਉਹ ਫੜੇ ਹੋਏ ਨੇ, ਹੱਥਾਂ ਦੇ ਵਿੱਚ ਪੋਸਟਰ ਫੜਦੇ ਹੋਏ ਹਰ ਇੱਕ ਜਿਹੜੀ ਤਸਵੀਰ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ। ਸਤਨਾਮ ਵਾਹਿਗੁਰੂ ਦਾ ਜਿਹੜਾ ਪਾਠ ਹੈਗਾ ਉਹ ਜਪਦੇ ਜਪਦੇ ਅੱਗੇ ਵਧਿਆ ਜਾ ਰਿਹਾ, ਇਨਸਾਫ ਦੀ ਮੰਗ ਕੀਤੀ ਜਾ ਰਹੀ ਆ।
ਹੱਥਾਂ ਦੇ ਵਿੱਚ ਮੋਮਬੱਤੀਆਂ ਨੇ, ਅੱਖਾਂ ਨਾਮ ਨੇ, ਤਾਂ ਉਹ ਪਰਿਵਾਰ ਜਿਹੜੇ ਪਰਿਵਾਰ ਦਾ ਇਕਲੌਤਾ ਚਿਰਾਗ 21 ਤਰੀਕ ਨੂੰ ਬੁਝ ਜਾਂਦਾ, ਉਹ ਭੈਣਾਂ ਜਿਨ੍ਹਾਂ ਦਾ ਇਕਲੌਤਾ ਭਰਾ 21 ਤਰੀਕ ਨੂੰ ਟਾਕਰੇ ਦੇ ਵਿੱਚ ਸ਼ਹੀਦ ਹੋ ਜਾਂਦਾ, ਆਪਣੀ ਜਾਨ ਗਵਾ ਬੈਠਦਾ, ਤਾਂ ਉਹ ਪਰਿਵਾਰ ਹੁਣ ਸਤਨਾਮ ਵਾਹਿਗੁਰੂ ਦਾ ਪਾਠ ਕਰਦਾ ਹੋਇਆ ਖਨੌਰੀ ਬਾਰਡਰ ਦੇ ਉੱਪਰ ਆਪਣੇ ਹੱਥਾਂ ਦੇ ਵਿੱਚ ਮੋਮਬੱਤੀਆਂ ਲੈ ਕੇ ਇਨਸਾਫ ਦੀ ਮੰਗ ਕਰ ਰਿਹਾ। ਕੈਮਰਾ ਪਰਸਨ ਸਨਮਪ੍ਰੀਤ ਦੇ ਨਾਲ ਖਨੌਰੀ ਬਾਰਡਰ ਤੋਂ ਚਰਨਜੀਵ ਕੌਸ਼ਲ, News 18 ਪੰਜਾਬ। ਖਨੌਰੀ ਬਾਰਡਰ ਦੇ ਉੱਪਰ ਹਰ ਇੱਕ ਹੱਥ ਦੇ ਵਿੱਚ ਮੋਮਬੱਤੀ ਫੜੀ ਹੋਈ ਆ, ਹਰ ਇੱਕ ਅੱਖ ਨਾਵਾਂ ਤੇ ਸ਼ੁਭ ਕਰਨ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਜਿਹੜਾ ਹੈਗਾ ਕੈਂਡਲ ਮਾਰਚ ਕੀਤਾ ਜਾ ਰਿਹਾ। ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਉਹਨਾਂ ਦੇ ਨਾਲ ਆ। ਭੈਣ ਕਿਸ ਤਰੀਕੇ ਨਾਲ ਦੇਖਦੇ ਹੋ ਕੈਂਡਲ ਮਾਰਚ ਕੀਤਾ ਜਾ ਰਿਹਾ ਅੱਜ? ਸਤਿ ਸ੍ਰੀ ਅਕਾਲ ਜੀ, ਮੈਂ ਸ਼ੁਭ ਕਰਨ ਦੀ ਚਾਚੀ ਜੀ ਹਾਂ। ਸਾਡੇ ਬੱਚੇ ਦੇ 4 ਦਿਨ ਹੋ ਗਏ ਗੋਲੀ ਵੱਜੀ ਨੂੰ, ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਅਸੀਂ ਬੱਚੇ ਦਾ ਇਨਸਾਫ ਲੈਣ ਲਈ ਖਨੌਰੀ ਬਾਰਡਰ ਤੇ ਪਹੁੰਚੇ ਹਾਂ। ਸਾਡੇ ਬੱਚੇ ਦੇ ਗੋਲੀ ਲਾਉਣ ਲਈ ਸਰਕਾਰ ਪਰਚਾ ਦਰਜ ਕਰੇ। ਭੈਣੇ ਕਿਵੇਂ ਦੇਖਦੇ ਹੋ ਸ਼ੁਭ ਕਰਨ ਕਿਤਨਾ ਕਿਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਹੁੰਚਿਆ ਸੀ, ਪਰ ਹਾਲਾਤ ਕਿਵੇਂ ਦੇ ਬਣ ਗਏ ਇੱਥੇ? ਹਾਲਾਤ ਤਾਂ ਬਹੁਤ ਖਰਾਬ ਬਣ ਗਏ, ਮਾਹੌਲ ਬਹੁਤ ਖਰਾਬ ਹੈ। ਇਕਲੌਤਾ ਸੀ ਤੁਹਾਡਾ ਕਿਤੇ ਨਾ ਕਿਤੇ ਪੂਰਾ ਘਰ ਚਲਾ ਰਿਹਾ ਸੀ, ਪਰ ਹੁਣ ਕਿਤੇ ਨਾ ਕਿਤੇ ਹੈ ਨਹੀਂ। ਛੋਟੀ ਭੈਣ ਕੁਵਾਰੀ ਆ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਤੇ ਨਾ ਕਿਤੇ ਲੱਗਦਾ ਕਿ ਮਨ ਚ ਭੀੜ ਹੈਗੀ ਆ? ਬਹੁਤ ਭੀੜ ਆ, ਜਿਹੜਾ ਸਾਨੂੰ ਪਰਿਵਾਰ ਨੂੰ ਘਾਟਾ ਪਿਆ ਉਹ ਸਾਰੀ ਉਮਰ ਪੂਰਾ ਨਹੀਂ ਹੁੰਦਾ ਸਾਡਾ ਘਾਟਾ ਪਿਆ। ਆਪਣੀ ਕਿਸਾਨੀ ਲੜਾਈ ਦੇ ਲਈ ਸੀ, ਪਰ ਕਿਤੇ ਨਾ ਕਿਤੇ ਜੋ ਮਾਹੌਲ ਬਣਿਆ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਾਰੇ ਮੰਗਾਂ ਵਾਸਤੇ ਆਇਆ ਸੀ, ਸਾਰੇ ਪੰਜਾਬ ਲਈ ਕੁਰਬਾਨ ਹੋ ਕੇ ਗਿਆ, ਸ਼ਹੀਦ ਹੋ ਕੇ ਗਿਆ ਸਾਡਾ ਬੇਟਾ। ਕੱਲ ਜੋ ਉਹਦੀ ਮਾਤਾ ਜਿਹੜੀ ਲੰਬੇ ਸਮੇਂ ਤੋਂ ਦੂਰ ਆ, ਉਹ ਆ ਕੇ ਕੈਮਰੇ ਅੱਗੇ ਹੁਣ ਕਹਿਣ ਲੱਗੇ ਕਿ ਅਸੀਂ ਪੋਸਟਮਾਰਟਮ ਕਰਾਉਣਾ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਇੰਨੇ ਸਮੇਂ ਬਾਅਦ ਕਿਵੇਂ ਪਰਤੇ ਨੇ? ਉਹ ਤਾਂ ਜੀ ਬਹੁਤ ਟਾਈਮ ਹੋ ਗਿਆ, 17 ਸਾਲ ਹੋ ਗਏ ਘਰੋਂ ਗਈ ਨੂੰ, ਛੋਟੇ ਛੋਟੇ ਬੱਚੇ ਸੀਗੇ। ਮੈਂ ਚਾਚੀ ਜੀ ਹਾਂ ਜੀ, ਆ ਪਿੱਛੇ ਚਾਚਾ ਜੀ ਖੜੇ ਆ, ਬਾਕੀ ਇਹਨਾਂ ਨੂੰ ਪੁੱਛ ਲਓ ਸਾਰਾ। ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਅੱਜ ਮੋਰਚੇ ਦੇ ਵਿੱਚ ਆਏ ਹੋ ਸ਼ੁਭ ਕਰਨ, ਤੁਹਾਡਾ ਬੱਚਾ ਜਿਹੜਾ ਹੈਗਾ ਇੱਥੇ ਇਨਸਾਫ ਉਹਦਾ ਲੈਣ ਲਈ ਖੜੇ ਹੋ, ਤਾਂ ਹੁਣ ਮਾਹੌਲ? ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਸਾਖਾਂ ਪਿੱਛੇ ਕਰਨਾ ਚਾਹੀਦਾ, ਗੋਲੀ ਮਾਰਨ ਵਾਲਿਆਂ ਨੂੰ, ਗਾਹਾਂ ਨੂੰ ਨਾ ਕਿਸੇ ਬੱਚੇ ਨਾ ਆਏ ਹੋਵੇ। ਤੁਸੀਂ ਤਾਂ ਇਨਸਾਫ ਦੀ ਮੰਗ ਕਰ ਰਹੇ ਹੋ, ਪਰ ਕੱਲ ਉਹਦੇ ਮਾਤਾ ਰਜਿੰਦਰ ਹਸਪੀਟਲ ਪਹੁੰਚ ਕੇ ਜਿਹੜੇ ਕਹਿ ਰਹੇ ਸੀ ਲੰਬੇ ਸਮੇਂ ਬਾਅਦ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਹਿੰਦੇ ਸੀ ਉਹਨੂੰ ਲੋਕਾਂ ਨੇ ਠਾਰਤਾ, ਸਾਨੂੰ ਬੋਲਣ ਦੀ ਲੋੜ ਨਹੀਂ ਪਈ, ਲੋਕਾਂ ਨੇ ਠਾਰਤਾ। ਕਾਰਨ ਕੀ ਲੱਗਦਾ? ਕਿਉਂਕਿ ਇੰਨਾ ਇੰਨਾ ਸਮਾਂ ਤਾਂ ਉਹ ਆਏ ਨਹੀਂ ਹੈਗੇ, ਇੰਨਾ ਸਮਾਂ ਦੂਰ ਰਹੇ ਨੇ, ਪਹਿਲਾਂ ਤਾਂ ਦਿਸਿਆ ਨਹੀਂ ਬੱਚਾ। ਹੁਣ ਸਰਕਾਰ ਨੇ 1 ਕਰੋੜ ਰੁਪਇਆ ਐਲਾਨ ਕਰਤਾ, ਉਹਨੂੰ ਬੱਚਾ ਦਿਸ ਗਿਆ, ਅੱਖਾਂ ਚੋਂ ਜੀ ਸਿੱਟੇ ਨਹੀਂ ਉਹਨੇ, ਸਾਸੀ ਰੋਟੀ ਨਹੀਂ ਖਾਧੀ ਉਹ ਦਿਨ। ਕਿਵੇਂ ਦੇਖਦੇ ਹੋ ਜੋ ਇਹ ਕਹਿ ਰਹੇ ਨੇ ਕਿ ਹਾਂ 4 ਦਿਨ ਹੋ ਚੁੱਕੇ ਨੇ, ਤਾਂ ਇੰਨੇ ਲੰਮੇ ਸਮੇਂ ਬਾਅਦ ਆ ਕੇ ਕਿਤੇ ਨਾ ਕਿਤੇ ਕਾਰਨ ਕੀ ਲੱਗਦੇ ਹੋ ਲੰਮੇ ਸਮੇਂ ਬਾਅਦ ਆਉਣ ਦਾ? ਲਾਲਚ ਪੂਰੀ ਭਰਾ ਹੈ ਜੀ, ਲਾਲਚ ਦਾ ਕਰਕੇ ਆਈ ਆ ਜੀ, ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ, ਅਸੀਂ ਤਾਂ ਬੱਚੇ ਦਾ ਇਨਸਾਫ ਲੈਣ ਵਾਸਤੇ ਇੱਥੇ ਪਹੁੰਚੇ ਹਾਂ ਜੀ। ਜਦੋਂ ਪਹੁੰਚੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਆ? ਕਿਉਂਕਿ ਸ਼ੁਭ ਕਰਨ ਦੀ ਮੌਤ, ਤੁਸੀਂ ਭੈਣਾ, ਤੁਹਾਡੀ ਵੀ ਮਾਂ ਹੈ, ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਹਾਂ ਆਪਣੇ ਨਾਲ ਗਲਤ ਹੋ ਗਿਆ ਜਾਂ ਇਸ ਤਰੀਕੇ ਦਾ ਹੋ ਗਿਆ? ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਸਾਨੂੰ ਕਦੇ ਫੋਨ ਨਹੀਂ ਲਾਇਆ, ਕਿਤੇ ਅਸੀਂ ਗਏ ਨਹੀਂ, ਨਾ ਅਸੀਂ ਮਿਲੇ ਹਾਂ ਕਿਤੇ। ਤਾਂ ਹੁਣ ਤੁਸੀਂ ਜੋ ਜੋ ਮੰਗਾਂ ਨੇ ਉਹਨਾਂ ਮੰਗਾਂ ਤੇ ਅੜੇ ਹੋਏ? ਪੰਜਾਬ ਪੁਲਿਸ ਦੀ ਉਂਗਲ ਤੇ ਆਈ ਆ ਜੀ, ਉਹ ਸੰਸਕਾਰ ਨੂੰ ਲੈ ਕੇ ਕੀ ਇਰਾਦਾ ਬਣਿਆ ਹੋਇਆ ਹੁਣ ਮੰਗਾਂ ਤੇ ਅੜੇ ਹੋਏ ਉਸੇ ਤਰੀਕੇ? ਮੰਗਾਂ ਸਾਰੀਆਂ ਇਰਾਦਾ, ਪਰਚਾ ਦਰਜ ਹੋਣਾ ਚਾਹੀਦਾ,
ਤੇ ਇਹ ਅੰਦਰ ਹੋਣੇ ਚਾਹੀਦੇ ਨੇ। ਮੰਗਾਂ ਮੁੰਗਾਂ ਦਾ ਕੋਈ ਲੋੜ ਨਹੀਂ ਜਿਹੜਾ 1 ਕਰੋੜ ਰੁਪਿਆ ਜਾਂ ਨੌਕਰੀ ਲੋੜ ਨਹੀਂ ਸਾਨੂੰ 2 ਕਰੋੜ ਦੀ ਨਾ ਕੋਈ ਚੱਕਰ ਨਹੀਂ ਇਨਸਾਫ ਨੂੰ ਲੈ ਕੇ। ਹਾਂ ਹਾਂ ਇਨਸਾਫ ਨੂੰ 1 ਕੁੜੀ ਆ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ, ਸਾਡਾ ਬੱਚਾ ਦੇਸ਼ ਲਈ ਪੰਜਾਬ ਲਈ ਸ਼ਹੀਦ ਹੋਇਆਗਾ। ਲਗਾਤਾਰ ਅਗਰ ਆਪਾਂ ਗੱਲ ਕਰੀਏ ਉਸਦੇ ਪਰਿਵਾਰ ਦੇ ਵੱਲੋਂ, ਸ਼ੁਭਕਰਨ ਦੀ ਭੈਣ ਦੇ ਵੱਲੋਂ ਸਾਫ਼ ਤੌਰ ਤੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ 1 ਕਰੋੜ ਰੁਪਏ ਦੀ ਜ਼ਰੂਰਤ ਨਹੀਂ ਜਾਂ ਸਾਨੂੰ ਨੌਕਰੀ ਦੀ ਜ਼ਰੂਰਤ ਨਹੀਂ, ਜਦੋਂ ਤੱਕ ਸ਼ੁਭਕਰਨ ਦਾ ਜਿਹੜਾ ਇਨਸਾਫ਼ ਆ ਉਹ ਸਾਨੂੰ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਸੇ ਤਰੀਕੇ ਨਾਲ ਡਟੇ ਰਹਾਂਗੇ। ਤੇ ਸਾਫ਼ ਤੌਰ ਤੇ ਜਿਹੜੇ ਸ਼ੁਭਕਰਨ ਦੇ ਮਾਤਾ ਕਿਤੇ ਨਾ ਕਿਤੇ ਉਹ ਮੀਡੀਆ ਦੇ ਕੈਮਰੇ ਅੱਗੇ ਆਇਆ ਸੀ, ਉਹਨਾਂ ਨੂੰ ਵੀ ਲਾਹਨਤਾ ਪਾਉਂਦੇ ਹੋਏ ਇਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਲੰਬੇ ਸਮੇਂ ਤੋਂ ਜਿਹੜੀ ਸ਼ੁਭਕਰਨ ਦੀ ਮਾਂ ਦੂਰ ਸੀ, ਦੂਰੀ ਬਣਾ ਕੇ ਰੱਖੀ ਹੋਈ ਸੀ, ਕੋਈ ਘਰੇਲੂ ਕਲੇਸ਼ ਸੀ, ਤਾਂ ਇੱਕਦਮ ਉਹਨਾਂ ਦਾ ਅੱਗੇ ਆਉਣ ਦਾ ਕਾਰਨ ਨਹੀਂ ਬਣਦਾ। ਕਿਤੇ ਨਾ ਕਿਤੇ ਇੱਕ ਲਾਲਚ ਦੇ ਇਲਜ਼ਾਮ ਜਿਹੜੇ ਹੈਗੇ ਨੇ ਸ਼ੁਭਕਰਨ ਦੀਆਂ ਭੈਣਾਂ ਦੇ ਵੱਲੋਂ, ਸ਼ੁਭਕਰਨ ਦੇ ਚਾਚੇ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਇੱਕ ਲਾਲਚ ਦੇ ਕਰਕੇ ਜਿਹੜੇ ਹੈਗੀ ਆ ਉਹ ਮਾਤਾ ਉਹਦੀ ਆਈ ਸੀ। ਪਰ ਹੁਣ ਸਾਫ਼ ਤੌਰ 'ਤੇ ਇੱਕ ਐਲਾਨ ਵੀ ਕੀਤਾ ਜਾ ਰਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਉਦੋਂ ਤੱਕ ਇਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹਾਂਗੇ, ਅਸੀਂ ਸੰਸਕਾਰ ਨਹੀਂ ਕਰਾਂਗੇ। ਤਾਂ ਇਹ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਦੀਆਂ ਦੇਖਦੇ ਹੋ, ਸ਼ੁਭਕਰਨ ਦੀ ਮਾਤਾ, ਸ਼ੁਭਕਰਨ ਦੀ ਚਾਚੀ ਸੌਰੀ ਅਤੇ ਉਹਨਾਂ ਦੀਆਂ ਜਿਹੜੀਆਂ ਭੈਣਾਂ ਨੇ ਉਹ ਇਸ ਅੰਦੋਲਨ ਦਾ, ਇਸ ਕੈਂਡਲ ਮਾਰਚ ਦਾ ਹਿੱਸਾ ਬਣੀਆਂ ਹੋਈਆਂ ਨੇ। ਹਰ ਇੱਕ ਅੱਖ ਦੇ ਵਿੱਚ ਨਾਵਾਂ ਅਤੇ ਸ਼ੁਭਕਰਨ ਅਮਰ ਰਹੇ ਦੇ ਜਿਹੜੇ ਹੈਗੇ ਨੇ ਨਾਰੇ ਲਗਾਏ ਜਾ ਰਹੇ ਨੇ। ਤਕਰੀਬਨ 3 ਕਿਲੋਮੀਟਰ ਜਿਹੜਾ ਹੈਗਾ ਉਹ ਪੂਰਾ ਕੈਂਡਲ ਮਾਰਚ ਸ਼ਾਂਤੀਪੂਰਵਕ ਤਰੀਕੇ ਨਾਲ ਹਰ ਇੱਕ ਹੱਥ ਦੇ ਵਿੱਚ ਕੈਂਡਲ ਫੜ ਕੇ ਕੱਢਿਆ ਗਿਆ। ਖਨੌਰੀ ਬਾਰਡਰ ਤੋਂ ਕੈਮਰਾਮੈਨ ਸਨਪ੍ਰੀਤ ਦੇ ਨਾਲ ਚਰਨਜੀਵ ਕੌਸ਼ਲ, ਨਿਊਜ਼ 18 ਪੰਜਾਬ।